खुश हो दोस्तों। अज असी अपने हसन भाई के पिंड जा रहे हैं, अज साडी दावत की उन्होंने, तो बाकी वीडियो उन्होंने पिंड जाके तुहानू अपलोड कर दे। हसन भाई साडा इस्तकबाल कर रहा, सभी सामने आ रहे हैं। बिस्मिल्लाह बिस्मिल्लाह। हसन भाई क्या हाल है? अल्हम्दुलिल्लाह ठीक है। हसन भाई पिंड जाने लै लिया, ठीक है। छोटा भाई भी नाल हसन अलैकुम सब भरावां नूं। दोस्तों तुम वेख सकते हैं ट्रेन तो गई है नंघ हूँ, बाकी मलिक साहब उन्होंने दिल घबरा रहा। देखो ट्रेन की कोलो वीडियो बना ली है, की हालात मंजर की हो मलिक साहब उल्टियां भी कर रहे थे, सीधियां भी कर रहे, दोवें हो रही वा। तो आखो असी तो सैड से फिर भी दोस्तों असं हम चलने हसन भाई के पिंड, हसन भाई रजवान भाई होने अगे चले गए तो असं भी हसन भाई जा रहे पिंड, बाकी इन्हें पिंड का व्यू चैक करते हैं, नज़ारा देखते हैं, तुम वीडियो देख के दिखाने हैं। दोस्तों असं हसन साहब के पिंड पहुँच गए, उची बोल ला पौन साहब ने बैठे, जी एम साहब ने अपने हसन साहब इन्होंने पिंड अस आए हैं। दोस्तों डोके लाने वास्ते हसन नीचे चढ़न लगे है, आ देखो की कर रहे हो हसन साहब। हसन साहब बहुत मजार माशाल्लाह एदा कमाल यार माशाल्लाह। मेहनत हो रही है साडे वास्ते, की कर रहे हो सरकार हल की ला रहे डोके सब ताडी खातर वेख लो कित्थे जड़िया है। लेकिन ध्यान सा भाई ध्यान से कोई गल नहीं, देखी बहुत मजेदार है भाजी। बारिश हो रही है, बारिश डोकिया दी दिखाओ यार इधर लिया उधर की डोके देख सकते हो क्या खूब दोस्तों आ कच्चा आया बगाया गिटा का नहीं है जी गिटा का नहीं दोस्तों आज तुम दिखाना वा एक गिटा के तो बगैर डोका सर साल ना ने आप डोके फला कर ले आ सज की जिंदाबाद पाकिस्तान जिंदाबाद। ठीक है।
ਖਾਦੇ ਆ ਜੀ, ਥੋੜ੍ਹਾ ਜਿਹਾ ਗਲੇ ਨੂੰ ਲੱਗ ਗਏ ਆ, ਪਾਣੀ ਪੀਣ ਆਏ ਆ। ਆ ਵੇਖੋ ਇਹਦੇ ਅੰਦਰ ਪਤਾ ਨਹੀਂ ਗਰਮੀ ਲੱਗੀ ਆ, ਪਾਣੀ ਪੀ ਜਾਂਦਾ। ਲੈ ਕੀ ਗੱਲ ਹੋਈ ਆ? ਸੁਭਾਨ ਅੱਲਾ, ਅਡੋਕੇ ਖਾਦੇ ਸੀ ਜਰਾ ਨਾ, ਹਲਕ ਨੂੰ ਪੈ ਰਹੇ ਸੀ ਪਾਣੀ ਪੀ ਰਹੇ। ਲੋ ਦੋਸਤੋ, ਧੰਨਵਾਦ ਸਨ ਭਾਈ, ਦੱਸੋਗੇ ਕਿਹੜੀ ਕਿਹੜੀ ਚੀਜ਼ ਬੇਲ ਲੱਗੀ ਹੋਈ ਆ, ਕਿਹੜੀ ਕਿਹੜੀ ਸਬਜ਼ੀ ਲੱਗੀ ਹੋਈ ਆ। ਹਾਂਜੀ ਸਰ ਭਾਈ, ਆਹ ਕੀ ਚੀਜ਼ ਲੱਗੀ ਹੋਈ ਆ? ਦੋਸਤੋ ਆਹ ਪੁਦੀਨਾ ਲੱਗਾ ਹੋਇਆ। ਪੁਦੀਨਾ ਲੱਗਾ ਹੋਇਆ, ਆਹ ਕੀ ਚੀਜ਼ ਲੱਗੀ? ਅੱਛਾ, ਘੇਰ ਹੋਏ ਲੱਗੀ ਹੋਈ ਆ, ਦੇਖ ਸਕਦੇ। ਆਹ ਦੇਖੋ, ਆਹ ਦੇਖੋ, ਮਾਸ਼ਾ ਅੱਲਾ ਜੀ, ਸੁਭਾਨ ਤੇਰੀ ਕੁਦਰਤ। ਆਹ ਜੀ ਦੇਖੋ, ਆਹ ਅਮਰੂਦ ਆ। ਭਾਂਜ ਕੀ ਕਰ ਰਹੇ ਹੋ? ਉਹ ਉੱਥੇ ਅਮਰੂਦ ਲੱਗੇ ਸੀ, ਉਹ ਆਹ ਦੇਖੋ ਅਮਰੂਦ ਲੱਗੇ। ਉਹ ਲਿਆਨ ਸਾਹਿਬ ਦੇਖੋ ਕਿੱਥੇ ਵੜੇ ਹੋ, ਜਿੱਦਾਂ ਲੋ ਦੋਸਤੋ, ਆਹ ਦੇਖੋ ਹਰੀਆਂ ਮਿਰਚਾਂ ਲੱਗੀਆਂ ਹੋਈਆਂ, ਆਹ ਦੇਖ ਸਕਦੇ ਹੋ ਕਿਆ ਖੂਬ ਨਜ਼ਾਰਾ। ਆਹ ਦੇਖ ਲਓ, ਆਹ ਮਿਰਚਾਂ ਨਾਲ ਛੱਡ ਵੀ ਗਈਆਂ ਵਿੱਚ ਨਾ, ਮਲਕ ਸਾਹਿਬ ਕੀੜੇ ਪੈਣ ਦੀ ਵਜ੍ਹਾ ਤੋਂ। ਦੋਸਤੋ ਆਹ ਦੇਖੋ, ਆਹ ਕੱਦੂ ਦੀ ਵੇਲ ਆ, ਕੱਦੂ ਲੱਗਾ ਹੋਇਆ ਦੇਖ ਸਕਦੇ ਹੋ। ਸੁਭਾਨ ਤੇਰੀ ਕੁਦਰਤ। ਜੀ ਜੀ ਸਾਹ ਜੀ, ਹਾਂਜੀ, ਆਹ ਦੇਖ ਸਕਦੇ ਹੋ ਕਿੱਧਰ ਲੰਮ ਤੋੜੀ ਲੱਗੀ ਹੋਈ। ਹਾਂਜੀ ਸਾਹ ਜੀ, ਆਹ ਵੀ ਕੱਦੂ ਆ, ਆ ਇਹ ਪੱਕ ਰਹੇ ਨੇ, ਆ ਦੇਖੋ ਛੋਟੇ ਆ, ਇਹ ਛੋਟੇ ਆ, ਖੂਬ ਨਜ਼ਰ। ਇਹ ਕੀ ਆ? ਕੀਆ ਤੋਰੀ ਆ ਜੀ? ਉਹ ਪਿਛਲੀ ਸਾਈਡ ਤੇ ਕੇ ਆ ਉਹਨੇ। ਦੋਸਤੋ ਅੰਸ਼ ਭਾਈ ਦੱਸ ਰਹੇ, ਹਸਨ ਭਾਈ ਦਾ ਦੋ ਛੋਟਾ ਭਾਈ ਆ, ਇਹ ਦੱਸ ਰਿਹਾ ਕਿ ਕੀਆ ਤੋਰੀ ਦੀ ਬੇਲ ਲੱਗੀ ਹੋਈ ਜਨਾਲ। ਆ ਤੁਸੀਂ ਦੱਸ ਦਿਓ ਕੀਆ ਤੋਰੀ ਲੱਗੀ ਹੋਈ ਆ? ਲੋ ਦੋਸਤੋ, ਸ਼ਕਲ ਗੰਦੀ ਲੱਗੀ ਹੋਈ ਸਾਰੀ, ਬਹੁਤ ਪਿਆਰਾ ਨਜ਼ਾਰਾ ਦੇਖੋ। ਮਾਸ਼ਾ ਅੱਲਾ, ਸ਼ਕਲ ਗੰਦੀ ਲੱਗੀ ਹੋਈ। ਓਕੇ ਆ ਜੀ, ਟੂਰ ਕਿੰਨੀ ਦੇਰ ਬਾਅਦ ਚੱਲਣਾ? ਸੁਭਾਨ ਤੇਰੀ ਕੁਦਰਤ, ਬਹੁਤ ਪਿਆਰਾ ਨਜ਼ਾਰਾ ਦੇਖੋ। ਚੱਲ ਆ ਦੇਖ ਸਕਦੇ ਹੋ ਛਲੀਆਂ, ਉਹ ਛਲੀਆਂ ਲੱਗ ਗਈਆਂ। ਆ ਦੇਖੋ ਲੱਗੀ, ਉਹ ਦੇਖੋ ਕੀ ਲੱਗਾ ਇਹਨੂੰ, ਕੀ ਕਹੀਦਾ ਵਾ ਹਸਨ ਬਾਈ, ਕੀ ਲੱਗਾ ਹੈ? ਆ ਦੇਖੋ ਦੋਸਤੋ, ਆ ਫਲੀਆਂ ਲੱਗੀਆਂ ਤੇ ਕਲੀਆਂ ਕਲੀਆਂ ਲੱਗੀਆਂ ਆ, ਇੱਕ ਆ ਲੱਗੀ ਯਾਨੀ ਕਿ ਇੱਕ ਉਹ ਲੱਗੀ। ਅੱਛਾ, ਮੁਖਤਲਿਫ ਲੱਗੀਆਂ ਹੋਈਆਂ। ਇੱਧਰ ਵੀ ਆ, ਉੱਧਰ ਦੇਖੋ, ਉਹ ਦੇਖੋ ਲੱਗੀ ਆ, ਇੱਧਰ ਵੀ ਸ਼ਕਰਗੰਦੀ ਲੱਗੀ ਹੋਈ ਆ। ਆ ਠੀਕ ਹੈ ਨਾ, ਉਹ ਉੱਥੇ ਜੀਐਮ ਸਾਹਿਬ ਲੱਗੇ ਹੋਏ ਆ, ਉਹ ਲਿਆਨ ਤੇ, ਲਿਆਨ ਤੇ ਮੋਟਾ ਸਾਈਡ ਤੇ ਲੱਗੇ ਹੋਏ। ਇਹ ਕੀ ਲੱਗਾ ਹੋਇਆ? ਬਾਜਰਾ ਲੱਗਾ ਹੋਇਆ। ਲੋ ਦੋਸਤੋ ਦੇਖ ਸਕਦੇ ਹੋ, ਬਾਜਰਾ ਲੱਗਾ ਆ, ਸ਼ਕਰਿੰਦ ਦੇ ਨਾਲ ਬਾਜਰਾ ਲੱਗਾ ਆ, ਬਹੁਤ ਪਿਆਰਾ ਵਿਊ ਮਾਸ਼ਾ ਅੱਲਾ, ਸੋਹਣੇ ਪਿੰਡ ਫੈਸਲਾਬਾਦ ਦਾ ਬਹੁਤ ਪਿਆਰਾ ਨਜ਼ਾਰਾ। ਤਾਜੀ ਕੀ ਲੱਗਾ ਹੈ? ਇਹ ਭਿੰਡੀਆਂ ਜੀ, ਆਹ ਜ਼ਿਆਦਾ ਪੱਕ ਗਈਆਂ, ਬੀ ਬਣ ਗਿਆ ਵਾ, ਆਹ ਪੱਕੀ ਹੋਈ ਆ ਭਿੰਡੀ। ਮਾਸ਼ਾ ਅੱਲਾ ਜੀ, ਬਹੁਤ ਪਿਆਰਾ ਭਿੰਡੀਆਂ ਲੱਗੀਆਂ ਦੇਖੋ ਦੋਸਤੋ। ਹੁਣ ਵੇ ਤੇ ਭਲਵਾਨ ਗਾਇਬ ਹੋ ਗਿਆ, ਭਲਵਾਨ ਨੂੰ ਮਾਰ ਮਾਰ ਕੇ ਪੁੱਛਦੇ ਆ, ਭਲਵਾਨ ਓਏ ਸਾਹਮਣੇ ਦੋ ਲੱਗੇ ਯਾਰ, ਕੱਚੇ ਬੜੇ। ਲੋ ਦੋਸਤੋ, ਅਮਰੂਦ ਦੇ ਵਿੱਚ ਆ ਸੁੰਡੀ ਪਈ ਹੋਈ ਆ, ਆ ਦੇਖ ਸਕਦੇ ਹੋ। ਮੈਨੂੰ ਸੁੰਡੀ ਨਿਕਲ ਆਈ ਆ ਤੇ ਅਲਿਆਨ ਨੂੰ ਮੋਟਰਸਾਈਕਲ ਨਿਕਲ ਆਈ ਆ। ਆ ਦੇਖ ਲਓ ਗਾਇਸ, ਆ ਮੋਟਰਸਾਈਕਲ ਨਿਕਲ ਆਈ, ਭਾਣ ਦਾ ਕਹਿਣਾ ਬਕਾਇਆ ਮੇਰੇ ਹਿਸਾਬ ਨਾਲ ਤੇ ਸੁੰਡੀ ਆ ਉਹ। ਜੀ ਐਮ ਸਾਹਿਬ ਵੀ ਆਇਆ, ਉਹ ਜੀ ਐਮ ਸਾਹਿਬ ਆਇਆ ਕਿ ਲਈ ਆਉਂਦੇ ਆ ਬਾਬਾ ਜੀ, ਕਿਉਂ ਹੌਸਲੇ ਨਾਲ। ਮੈਂ ਕਿੱਥੇ ਜਾਣਾ ਹੁਣ ਦੱਸੋ? ਆ ਦੋਸਤੋ, ਮੁੰਡੂ ਦਾ ਸੈਰ ਕਰ ਲਈ, ਹੁਣ ਤੁਹਾਨੂੰ ਅੰਬਾਂ ਦੀ ਸੈਰ ਕਰਨੀ। ਆ ਜਾਓ ਜੀ, ਫਾਲੋ ਮੀ, ਆਇਓ ਫਾਲੋ ਮੀ, ਆ ਜਾਓ ਆ ਜਾਓ, ਫਾਲੋ ਮੀ, ਫਾਲੋ ਮੀ, ਉਹ ਡਿੱਗ ਗਈ ਉਹ ਪਿੱਛੇ, ਵੇਖੀ ਜੀ ਆਂਦੇ, ਉਹ ਜੀ ਆਂਦੇ ਪਿੱਛੇ। ਵਾਓ, ਉਹ ਦੇਖੋ ਜੀ ਜੀ, ਓ ਵਾਟ ਆ ਜਾਨਵਰ। ਦੋਸਤੋ ਆਏ ਤੇ ਸੀ ਅਮਰੂਦਾਂ ਦੇ ਬਾਗ ਦੇ ਵਿੱਚ ਆ, ਲੇਕਿਨ ਇਹ ਜੀਓਗ੍ਰਾਫੀ ਚੈਨਲ ਕਿੱਥੋਂ ਆ ਗਿਆ? ਇੱਧਰ ਵੀ ਆ ਤੁਸੀਂ ਦੇਖ ਸਕਦੇ ਹੋ। ਆ ਦੇਖੋ ਇਸ ਕਿੰਨੇ ਚਲ ਗਈ ਕਾਂਸ, ਕਾਂਸ 5 ਸਾਲ ਦਾ ਗੁੰਮਸ਼ੁਦਾ ਦਾ ਬੱਚਾ, 5 ਸਾਲ ਦਾ। ਇਹ ਦੇਖੋ ਜਾਨਵਰ, ਜਾਨਵਰ ਓਏ, ਉਹ ਸਿਰਦੇ ਸਿਰਦੇ ਅੰਸ, ਇਹ ਦੇਖੋ ਦੋਸਤੋ ਦੇਖ ਸਕਦੇ ਹੋ। ਦੋਸਤੋ ਹਸਨ ਭਾਈ ਦਾ ਛੋਟਾ ਭਾਈ ਜਿਹੜਾ ਅੰਸ, ਇਹ ਮਜ਼ੇ ਲੈ ਰਿਹਾ ਅੰਬ ਦੇ ਬੂਟੇ ਨਾਲ, ਇਹਨੂੰ ਇਹ ਨਹੀਂ ਪਤਾ ਅਜੇ ਟੁੱਟ ਗਿਆ ਤੇ ਨੁਕਸਾਨ ਹੋ ਸਕਦਾ। ਦੇਖੋ ਮਜ਼ੇ ਲੈ ਰਿਹਾ, ਦੇਖੋ। ਹਾਂਜੀ ਸਰ, ਹਸਨ ਭਾਈ ਤੁਸੀਂ ਲੰਮੇ ਪੈ ਕੇ ਕੀ ਗੱਲ? ਖੈਰ ਆ, ਇਹ ਤੁਸੀਂ ਬੈਡ ਰੱਖਿਆ ਆਪਣੇ ਵਾਸਤੇ? ਬਹੁਤ ਪਿਆਰਾ ਨਜ਼ਾਰਾ, ਰੈਸਟ ਰੂਮ ਰੱਖਿਆ ਸਨ ਨੇ ਆਪਣਾ, ਆਪਣੇ ਪਿੰਡ ਦੇ ਵਿੱਚ ਅੰਬਾਂ ਦੇ ਬੂਟੇ ਦਾ ਆਪਣੇ ਰੈਸਟ ਰੂਮ ਰੱਖਿਆ, ਬੈਡ ਬਣਾਇਆ ਇਹਨੇ। ਓਹੋ ਜੀ ਹੁਣ
हसन गया अगे हसन हसन को चलते हैं पुछते हसन भाई कैसे गया हसन हसन मिल गया सन भाई अच्छा ठीक हो गया भाई छोटा भाई अंश भी आ गया ये देखो क्या ये टिड्डा क्या ये टिड्डा टिड्डा है ये और ये अंश उड़ जाता और सोने शहर फैसलाबाद दे सोने पिंड दी खूबसूरत देख सकते हो बहुत प्यारा नजारा जुथरा जांदा माया जुथरा जांदा माया बाजरे दा सट्टा वे जुथरा जांदा है तो आज खेले अदरक का लेकिन आने तो पहले ही साढ़े लत गए सारे शाबाश दोस्तों कछुआ इतने रखा हुआ वा बड़ा नायाब कछुआ वा भी कछुआ नहीं है बहारो फूल बरसाओ असी पिंड विच आए असी पिंड विच आए क्या कहने बाजी वा आ जा खा लो वाह माशाल्लाह सुभान तेरी कुदरत आगे भी आयो भाई टीम दी मोहब्बत जा करो जी जन्मदिन हां जी साहब जी क्या बकरे की वीडियो नहीं बनाई अक्कर अक्कर बक्के बम्बे मस्तियां कर रही मस्तियां कर रही दोस्तों नजारा वेखो अमरूदा का असं भी खा गए हैं लेकिन हसन भाई के अबू का प्यार है वेखो माशाल्लाह कैसा है बहुत मजा तो बहुत करारा दोस्तों एक शह मुक्की नहीं हले दूसरी शह हाजिर है इंग्लिश ग्रेड कहते चकोतरा गुडवे आ देखो जी अमरूदा च भी कीड़े निकलते साढ़े को भी कीड़ा है वो भी दोस्तों इंजॉय कर रहे जी एम हूँ ये की है जी संतरा की है ग्रेड गुडवे मठा भी है खट्टा भी है मजेदार 14 अगस्त का महीना वा खुश हो गया पाकिस्तान जिंदाबाद 14 अगस्त का महीना वा खुश हो गया पाकिस्तान जिंदाबाद दोस्तों पिंड की मस्जिद इतने नमाज पढ़नी है अजान हो रही है नमाज मरने का टाइम हो गया नमाज पढ़ ली है अल्लाह हाफिज़।